ਕੋਰੋਨਾ ਵਾਇਰਸ ਦੇ ਖਿਲਾਫ ਚੱਲ ਰਹੀ ਜੰਗ ਵਿੱਚ ਪੰਜਾਬ ਪੁਲਿਸ ਵੀ ਡਾਕਟਰਾਂ ਤੇ ਹੈਲਥ ਵਰਕਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਫਰੰਟ ਫੁੱਟ ਤੇ ਕੰਮ ਕਰ ਰਹੀ ਹੈ। ਪਰ ਹੁਣ ਪੰਜਾਬ ਪੁਲਿਸ ਨੇ ਕੋਰੋਨਾ ਦੇ ਖਿਲਾਫ ਚੱਲ ਰਹੀ ਜੰਗ ਦੇ ਵਿੱਚ ਕੋਵਿਡ ਕਮਾਂਡੋ ਪੂਰੀ ਸੁਰੱਖਿਆ ਦੇ ਨਾਲ ਮੈਦਾਨ ਵਿੱਚ ਉਤਰਨਗੇ। ਲੁਧਿਆਣਾ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਲੁਧਿਆਣਾ ਦੇ 20 ਜਵਾਨਾਂ ਨੂੰ ਜੋ ਕਿ ਕਾਫੀ ਫਿੱਟ ਨੇ ਉਹਨਾਂ ਨੂੰ ਕੋਵਿਡ ਕਮਾਂਡੋ ਬਣਾਇਆ ਗਿਆ ਤਾਂ ਕਿ ਕੋਰੋਨਾ ਸਸਪੈਕਟਡ ਮਰੀਜ਼ਾਂ ਨੂੰ ਲੈ ਕੇ ਜਾਣ ਤੇ ਵਾਰਡ ਵਿੱਚ ਹੈਲਥ ਡਿਪਾਰਟਮੈਂਟ ਦੀ ਮਦਦ ਕੀਤੀ ਜਾ ਸਕੇ। ਇਹ ਕਮਾਂਡੋ ਪੂਰੀ ਤਰ੍ਹਾਂ ਪੀਪੀ ਕਿਟਸ ਤੇ ਮਾਸਕ ਤੇ ਹੋਰ ਸੁਰੱਖਿਆ ਉਪਕਰਨਾਂ ਦੇ ਨਾਲ ਲੈਸ ਹੋਣਗੇ। ਤੇ ਅਸੀਂ ਆਪਣੇ ਕੋਵਿਡ ਕਮਾਂਡੋਜ਼ ਦੀ ਟੀਮ ਬਣਾਈ ਹੈ ਜਿਹਦੇ ਵਿੱਚ 20 ਮੁਲਾਜ਼ਮ ਹਨ ਜਿਨ੍ਹਾਂ ਨੂੰ ਕਿ ਅਸੀਂ ਪੀਪੀ ਕਿਟਸ ਦਿੱਤੀਆਂ ਹੋਈਆਂ ਹਨ ਤੇ ਜਦੋਂ ਵੀ ਕੋਈ ਕੋਰੋਨਾ ਸਸਪੈਕਟ ਪੇਸ਼ੈਂਟ ਆਉਂਦਾ ਹੈ ਤੇ ਉਸ ਨੂੰ ਇਹ ਫੜਨ ਦੇ ਵਿੱਚ ਡਾਕਟਰਸ ਦੀ ਮਦਦ ਕਰਦੀ ਹੈ, ਉਸ ਏਰੀਏ ਨੂੰ ਕਾਰਡਨ ਆਫ ਕਰਦੀ ਹੈ ਤੇ ਜਦੋਂ ਵੀ ਉਹ ਵਾਰਡ ਦੇ ਵਿੱਚ ਕੋਰੋਨਾ ਪੇਸ਼ੈਂਟਸ ਰੱਖੇ ਜਾਂਦੇ ਹਨ ਉਹਨਾਂ ਦਾ ਵੀ ਉੱਥੇ ਵਾਰਡ ਦੇ ਵਿੱਚ ਵੀ ਇਹਨਾਂ ਦੀ ਡਿਊਟੀ ਲਗਾਈ ਜਾਂਦੀ ਹੈ। ਪੁਲਿਸ ਮੁਲਾਜ਼ਮ ਜਿਹੜੇ ਅਸੀਂ ਸਲੈਕਟ ਕੀਤੇ ਹੈ ਉਹ ਇਹਨਾਂ ਦੀ ਵਿਲਿੰਗਨੈਸ ਦੇ ਹਿਸਾਬ ਨਾਲ ਫਿੱਟ ਮੁਲਾਜ਼ਮ ਅਸੀਂ ਇਸ ਕੰਮ ਲਈ ਸਲੈਕਟ ਕੀਤੇ ਹੈ ਕਿਉਂਕਿ ਇਹ ਬਹੁਤ ਹੀ ਅਹਿਮ ਡਿਊਟੀ ਹੈ ਤੇ ਮੁਲਾਜ਼ਮ ਇਸ ਡਿਊਟੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਮਾਂਡੋ ਦੀ ਡਿਊਟੀ ਨੂੰ ਨਿਭਾ ਰਹੇ ਹਨ। ਆਪ ਜੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ, ਪੰਜਾਬ।